ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਤੋ ਜੀ ਮੇਰੇ ਨਾਜ਼ਰੀਨ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਆ ਬੰਦਿਆਂ ਨੂੰ ਇਹ ਮਿਹਨਤ ਕਰ ਰਹੇ ਆ ਤੇ ਟਾਈਮ ਹੋ ਗਿਆ ਵਾ ਮਾਰਚ ਦੇ ਵਿੱਚ ਫਰਵਰੀ ਮਾਰਚ ਦੀ ਕਾਸ਼ਤ ਹੁੰਦੀ ਆ ਤੇ ਹੁਣ ਮਾਰਚ ਆ ਤੇ ਦੇਖੋ ਗੰਨੇ ਦਾ ਰੇਟ ਵੀ ਮਾਸ਼ਾਅੱਲਾ ਕਾਫੀ ਉੱਪਰ ਸੀ ਗੁੜ ਦਾ ਰੇਟ ਵੀ ਬਹੁਤ ਅੱਛਾ ਸੀ ਤੇ ਐਸ ਦਫਾ ਬੜਾ ਨਾ ਜ਼ੋਕ ਸ਼ੋਕ ਦੇ ਨਾਲ ਫਾਰਮਰ ਜਿਹੜੇ ਆ ਨਾ ਉਹ ਵੀ ਮਤਲਬ ਸੰਭਾਲੀ ਬੈਠੇ ਆ ਔਰ ਇਸ ਦੀ ਕਾਸਟ ਜਿਹੜੀ ਹੈ ਨਾ ਉਹ ਕੀਤੀ ਜਾ ਰਹੀ ਆ ਐ ਤੁਸੀਂ ਦੇਖੋਗੇ ਇਹਨਾਂ ਨੇ ਸਭ ਤੋਂ ਪਹਿਲੇ ਇਹਨੂੰ ਪੂਰੇ ਮਤਲਬ ਆਗ ਤੱਕ ਇਹਨੂੰ ਛਿਲਿਆ ਵਾ ਐਂਡ ਤੱਕ ਛਿਲਣ ਤੋਂ ਬਾਅਦ ਫਿਰ ਇਸ ਨੂੰ ਮਤਲਬ ਟੋਟੇ ਕੀਤੇ ਆ ਤੇ ਟੋਟਾ ਤੁਸੀਂ ਇਹ ਦੇਖ ਲਓ ਕੋ 2 2 ਫੁੱਟ ਦਾ ਜਿਹੜਾ ਨਾ ਇੱਕ ਟੋਟਾ ਇਹ ਇਹਨਾਂ ਨੇ ਕਰ ਲਿਆ ਵਾ ਹੁਣ ਇਹਨਾਂ ਨੇ ਥੁੜੀਆਂ ਜੀਆਂ ਇਸ ਤਰ੍ਹਾਂ ਨਾ ਇਹ ਹਰ ਬੰਦਾ ਆਪਣਾ ਆਪਣਾ ਇਹ ਪਾਈ ਜਾ ਰਿਹਾ ਤਿੰਨ ਤੋਂ ਚਾਰ ਬੰਦੇ ਆ ਜਿਹੜਾ ਹੁਣ ਇਹ ਕਿਰਾ ਕਰਨਗੇ ਤੇ ਐ ਟੋਕੀਆਂ ਦੀ ਮਦਦ ਦੇ ਨਾਲ ਇਹਨਾਂ ਨੇ ਆ ਕੰਮ ਕੀਤਾ ਵਾ ਆ ਟੋਕੀ ਵੇਖ ਲੋ ਇਹ ਤਕਰੀਬਨ ਇਹ ਦੋ ਕੁਹਾੜੀਆਂ ਜਿਹੜੀਆਂ ਸੀ ਪਈਆਂ ਸੀ ਇਹਨਾਂ ਦੇ ਜ਼ਰੀਏ ਇਹਨਾਂ ਨੇ ਕੋਈ ਗੇਠ ਦੀ ਕਰ ਲਈ ਆ ਕੋਈ ਗੇਠ ਤੋਂ ਜ਼ਿਆਦਾ ਕਰ ਲਈ ਆ ਕੋਈ ਮਤਲਬ ਫੁੱਟ ਦੇ ਕਰੀਬ ਇਹ ਲੈ ਗਏ ਆ ਤੇ ਹੋਣਾ ਵੀ ਚਾਹੀਦਾ ਵਾ ਹਰ ਤਰ੍ਹਾਂ ਦੀ ਫਸਲ ਲਾਉਣੀ ਚਾਹੀਦੀ ਆ ਫਾਰਮਰ ਨੂੰ ਗੰਨੇ ਦਾ ਰੇਟ ਵੀ ਅੱਛਾ ਸੀ ਗੁੜ ਦਾ ਰੇਟ ਵੀ ਅੱਛਾ ਵਾ ਤੇ ਅੱਜ ਦੀ ਜ਼ਰੂਰੀਅਤ ਵੀ ਆ ਜਿਸ ਤਰ੍ਹਾਂ ਬਹੁਤ ਸਾਰੇ ਇਹ ਡਾਇਬੀਟਿਸ ਦੇ ਮਸਲੇ ਆ ਤੇ ਆਮ ਚਾਵਲਾਂ 'ਚ ਵੀ ਇਸਤੇਮਾਲ ਹੁੰਦਾ ਵਾ ਗੁੜ ਚਾਹੇ ਦੇ ਵਿੱਚ ਵੀ ਇਸਤੇਮਾਲ ਹੁੰਦਾ ਮਤਲਬ ਇਹਦੀ ਹਮiyet ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੁਣ ਇਹ ਕਿਦਾਂ ਕਾਸ਼ਤ ਕਰ ਰਿਹਾ ਇਹਨਾਂ ਨੇ ਪਹਿਲੇ ਇੱਥੇ ਕੀ ਕਾਸ਼ਤ ਕੀਤਾ ਸੀ ਮੇਰਾ ਤਾਂ ਖਿਆਲ ਆ ਡਬਲ ਕਰਾਪਸ ਹੋ ਗਈ ਐ ਇਸ ਤੋਂ ਪਹਿਲੇ ਵੀ ਇਹਨਾਂ ਨੇ ਇੱਥੇ ਕੁਝ ਲਾਇਆ ਸੀ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਪਹਿਲੇ ਕੀ ਲਾਇਆ ਵਾ ਲੋ ਜੀ ਨਾਜ਼ਰੀਨ ਇਸ ਤੋਂ ਪਹਿਲੇ ਨਾ ਇਹਦੇ ਵਿੱਚ ਪਿਆਜ਼ ਲੱਗਾ ਹੋਇਆ ਸੀ ਇਹਦੇ ਵਿੱਚ ਇਹ ਤੁਸੀਂ ਦੇਖ ਲਓ ਕਿ ਆ ਪਿਆਜ਼ ਲੱਗਾ ਹੋਇਆ ਵਾ तकरीबन ਇੱਕ ਗਿੱਠ ਤੇ ਨਾ ਇਹਦੇ ਚ ਪਿਆਜ਼ ਲੱਗਾ ਹੋਇਆ ਵਾ ਤੇ ਹੁਣ ਜੋ ਹੀ ਇਹਨੂੰ ਪਾਣੀ ਲਾਇਆ 15 ਕਿ ਦਿਨ ਹੋ ਗਏ ਆ ਪਿਆਜ਼ ਲੱਗੇ ਨੂੰ ਤੇ ਜਦੋਂ ਬੱਤਰ ਜੀ ਆਈ ਹੈ ਨਾ ਤੇ ਹੁਣ ਜਨਾਬ ਇਹ ਇੱਕ ਪੂਰੀ ਰੱਖਦੇ ਆ ਔਰ ਉਹਨੂੰ ਪੈਰ ਨਾਲ ਨੱਪ ਦਿੰਦੇ ਆ ਮੈਂ ਵੀ ਥੋੜਾ ਜਿਆ ਤੁਹਾਨੂੰ ਆਈਡੀਆ ਦੇ ਦਿਆਂ ਕੁਝ ਦੇਖੋ ਕਿ ਇਹ ਦੇਖੋ ਪੂਰੀ ਨਾਲ ਪੂਰੀ ਜੋੜਦੇ ਜਾ ਰਹੇ ਆ ਤੇ ਫਿਰ ਇਹਦੇ ਵਿੱਚ ਇਹਨਾਂ ਨੇ ਭਿੰਡੀ ਦੀ ਵੀ ਕਾਸ਼ਤ ਕਰ ਦਿੱਤੀ ਹੈ ਤੇ ਆ ਗਿਆ ਨਾ ਮਜ਼ਾ ਤਿੰਨ ਕਰਾਪਸ ਇਹਨਾਂ ਨੇ ਕਾਸ਼ਤ ਕਰ ਲਈਆਂ ਪਹਿਲੇ ਪਿਆਜ਼ ਫਿਰ ਭਿੰਡੀ ਹੁਣ ਉੱਤੋਂ ਕਮਾਦ ਦੇਖੋ ਤੇ ਨਾਲ ਧਣੀਆਂ ਵੀ ਕਹਿ ਰਿਹਾ ਕਿ ਧਣੀਆਂ ਦੀ ਵੀ ਅਸੀਂ ਕਾਸ਼ਤ ਕੀਤੀ ਹੋਈ ਹੈ ਤੇ مزید ਥੋੜੀ ਜੀ ਗੱਲ ਕਰਦੇ ਅੱਜ ਇਹਨਾਂ ਦੇ ਨਾਲ ਕੋਈ ਇਹਨਾਂ ਦੀ ਜ਼ੁਬਾਨੀ ਵੀ ਸੁਣ ਲੈਣੇ ਆਵੇਂ ਕਿ ਕੀ ਕੀ ਇਹਨਾਂ ਨੇ ਕੀਤਾ ਵਾ ਕਾਸ਼ਤ ਇਹ ਖੇਲ ਵੀ ਬੜੀ ਜੰਦਾਂ ਨੇ ਫੈਨਸੀ ਕੱਢੀ ਹੋਈ ਆ। ਅੱਛੀ ਖੇਲ ਆ ਜਿਹੜੀ ਇਹਨਾਂ ਨੇ ਬਣਾਈ ਆ। ਅਸਲਾਮੁਅਲੈਕਮ ਜੀ। ਵਅਲੈਕਮੁਅਸਲਾਮ। ਕੀ ਹਾਲ ਆ? ਠੀਕ ਠਾਕ ਹੋ? ਹਾਂ ਬਿਲਕੁਲ ਠੀਕ ਠਾਕ ਹੂੰ ਸੁਣਾ। ਹਾਂ ਅਲਹਮਦੁਲਿਲਾ। ਫਿਰ ਦੱਸ ਦੇ ਕੀ ਕੀ ਕਾਸਟ ਕਰ ਦਿੱਤਾ? ਪਹਿਲੇ ਕੀ ਕੀਤਾ ਵਾ? ਅਸੀਂ ਲਾਇਆ ਜੀ ਪਿਆਜ਼ ਉਸ ਤੋਂ ਬਾਅਦ ਪਿੰਡੇ ਧਨੀਆਂ ਹੂੰ ਹੁਣ ਉਸ ਤੋਂ ਬਾਅਦ ਕਮਾਲ ਕੇ ਰੰਡ। ਕਮਾਲ ਕੇ ਰੰਨੇ ਆ ਮਾਸ਼ਾਅੱਲਾ ਮਾਸ਼ਾਅੱਲਾ। ਚਲੋ ਜੀ ਅੱਲਾ ਤਾਲਾ ਤੁਹਾਡੀ ਇਸ ਫਸਲ 'ਚ ਬਰਕਤ ਪਾਵੇ। ਪਿੰਡੀ ਪਿੰਡੀ ਉੱਗੀ ਆ। ਪਿੰਡੀ ਆ। ਮੜ ਕੇ ਦਿਖਾ ਦਿਓ ਮੈਨ ਜ਼ਰਾ ਨਿਸ਼ਾਨ ਦੇ ਦੇਖੋ ਜੀ ਧਣੀਆਂ ਅੱਛਾ ਐ ਧਣੀਆਂ ਵਾ ਅੱਛਾ ਇਹ ਧਣੀਆਂ ਸਾਰਾ ਠੀਕ ਹੈ ਆ ਭਿੰਡੀ ਆ ਅੱਛਾ ਐ ਭਿੰਡੀ ਉੱਗੀ ਹੋਈ ਹੈ ਇਹ ਭਿੰਡੀ ਤਕਰੀਬਨ ਗਿੱਠ ਗਿੱਠ ਤੇ ਨਹੀਂ ਗਈ ਆ ਗਿੱਠ ਲਓ ਜੀ ਨਾਜ਼ਰੀਨ ਤੁਹਾਨੂੰ ਮਜ਼ੀਦ ਦਿਖਾ ਦਿੰਨੇ ਆ ਭਿੰਡੀ ਵੀ ਆ ਧਣੀਆਂ ਵੀ ਕਾਸ਼ਟ ਕਰ ਦਿੱਤਾ ਔਰ ਕਮਾਦ ਦੀ ਕਾਸ਼ਟ ਵੀ ਹੋ ਰਹੀ ਹੈ ਤੇ ਧਣੀਆਂ ਮਜ਼ੀਦ ਵੀ ਦਿਖਾ ਦਿੰਨੇ ਆ ਤੁਹਾਨੂੰ ਕਾਸ਼ਟ ਉਗਿਆ ਹੋਇਆ ਆਹ ਲਓ ਜੀ ਐ ਧਣੀਆਂ ਉਗਿਆ ਹੋਇਆ ਆ ਦੇਖ ਲਓ ਹਾਂਜੀ ਧਣੀਆਂ ਤੇ ਕਮਾਦ ਔਰ ਪਿਆਜ਼ ਔਰ ਤਿੰਨੇ ਫਸਲਾਂ ਦੀ ਹਮਾਇਤ ਤੋਂ ਅਨਕਾਰ ਨਹੀਂ ਕੀਤਾ ਜਾ ਸਕਦਾ ਤੇ ਮੇਰੇ ਉਹ ਫਾਰਮਰ ਜਿਨ੍ਹਾਂ ਦੇ ਹੁਣ ਰਕਵੇ ਤਿਆਰ ਆ ਤੇ ਜਲਦੀ ਨਾਲ ਉਹ ਭਿੰਡੀ ਕਮਾਦ ਧਣੀਆਂ ਇਹਦੀ ਕਾਸ਼ਤ ਨੂੰ ਯਕੀਨੀ ਬਣਾ ਲੈਣ और एक अच्छा खासा ना फार्मर के हाथ मुनाफा लग सकता वाजी हाँ जी ला। आ वेख लो मै कि अच्छे तरीके दे सारा काम की जा रहे है लो जी ये ही असं इजाजत चाहते जी नैक्सट वीडियो तक अल्लाह हाफिज